ਕੱਢਣ ਵਾਸਤੇ ਬੜੀਆਂ ਮਹਾਨ ਹਸਤੀਆਂ ਨੇ ਬੜਾ ਬੜਾ ਸੰਘਰਸ਼ ਕੀਤਾ, ਜ਼ੋਰ ਲਾਇਆ। ਪਹਿਲਾਂ ਸਰਦਾਰ ਜੋਰਾ ਸਿੰਘ ਮਾਨ 12 ਸਾਲ ਲੜਦੇ ਰਹੇ ਕਿ ਮੈਂ ਇਹਨੂੰ ਪਾਰਟੀ 'ਚੋਂ ਕਢਾ ਕੇ ਸਾਹ ਲੈਣਾ। ਉਹ ਵਿਚਾਰੇ ਦੀ ਉਮਰ ਨਹੀਂ ਰਹੀ। ਅਤੇ ਉਸ ਤੋਂ ਬਾਅਦ ਡਿਪਟੀ ਸੀਐਮ ਸਾਹਿਬ ਨੂੰ ਮੈਂ ਆਪ ਜਲਾਲਾ ਲੈ ਕੇ ਆਇਆ, ਅਤੇ ਇਹ ਮੈਨੂੰ ਪਤਾ ਨਹੀਂ ਸੀ ਵੀ ਮੇਰੇ ਨਾਲ ਇਸ ਤਰ੍ਹਾਂ ਦਾ ਅਸ਼ਰ ਹੋਏਗਾ। ਅਤੇ ਉਹਨਾਂ ਨੇ ਅਖੀਰ ਉਹ ਆਪਣੇ ਮਕਸਦ ਦੇ ਕਾਮਯਾਬ ਹੋ ਗਏ। ਅਤੇ ਮੈਨੂੰ ਅੱਜ ਇਹ ਜਿਹੜਾ ਅਸਤੀਫਾ ਹੈ ਮੈਂ ਆਪਣੀ ਪਾਰਟੀ ਤੋਂ ਦਿੱਤਾ, ਕਿਉਂਕਿ 2 ਸਾਲ ਜਿਹੜਾ ਦੁਬਾਰਾ ਸਰਕਾਰ ਬਣੀ ਹੈ, 2 ਸਾਲ ਹੋ ਗਏ ਲਗਾਤਾਰ ਟਾਈਮ ਲੰਘਦਾ, ਇੱਕ ਵੀ ਕਿਸੇ ਮੀਟਿੰਗ ਵਿੱਚ ਕਿਸੇ ਥਾਂ 'ਤੇ ਪਾਰਟੀ ਪ੍ਰਧਾਨ ਨੇ ਮੈਨੂੰ ਖੜ੍ਹੇ ਬੁਲਾਇਆ ਤੱਕ। ਮਤਲਬ ਇੰਨੀ ਕੁ ਉਹਦੇ ਨਫ਼ਰਤ ਸੀ। ਅਤੇ ਮੈਂ ਫਿਰ ਇਹੀ ਸਮਝਿਆ ਕਿ ਉੱਥੋਂ ਚੋਣਾਂ ਜਿਹੜੀਆਂ ਅਤੇ 2-4 ਦਿਨ ਐਲਾਨ ਹੋਣ ਦਾ ਰਹਿ ਗਿਆ, ਅਤੇ ਮੈਂ ਸੋਚਿਆ ਕਿ ਹੁਣ ਇਸ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਉਹ ਤਾਂ ਸਾਰਿਆਂ ਨੂੰ ਪਤਾ ਜੀ, ਮੈਂ ਤਾਂ ਆਪ ਮੌਤ ਆਪਦੀ ਲੈ ਕੇ ਆਇਆ ਜਦੋਂ ਮੈਂ ਇੱਥੋਂ 2009 ਵਿੱਚ ਉਹਨਾਂ ਲੈ ਕੇ ਆਇਆ। ਨਹੀਂ ਤਾਂ ਮੈਂ ਤਾਂ ਸਮੂਥਲੀ ਲੋਕਾਂ ਦੀ ਸੇਵਾ ਕਰਦਾ ਸੀ, ਕਰ ਜਾ ਰਿਹਾ। ਘੁਬਾਇਆ ਸਾਹਿਬ, ਹੁਣ ਤੁਸੀਂ ਕਿਹੜੀ ਪਾਰਟੀ ਜਾਓਗੇ? ਮੈਂ ਹੁਣ ਪਾਰਟੀ ਅੱਜ ਰਿਜ਼ਾਇਨ ਕੀਤਾ, ਕੱਲ੍ਹ ਤੱਕ ਕੋਈ ਨਾ ਕੋਈ ਜਿਹੜੀ ਕੋਈ ਚੰਗੀ ਪਾਰਟੀ ਮੇਰੇ ਨਾਲ ਜਿਹੜਾ ਕੋਈ ਸਹਿਯੋਗ ਹੋਊਗਾ ਔਫਰ ਕਰਨਗੇ। ਮੈਂ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦਾ, ਪਾਰਟੀਆਂ ਸਾਰੀਆਂ ਚੰਗੀਆਂ ਹੁੰਦੀਆਂ, ਪਰ ਉਹਨਾਂ ਦੇ ਜਿਹੜੇ ਕੰਮ ਕਰਨ ਵਾਲੇ, ਉਹਨਾਂ ਦੇ ਪ੍ਰਧਾਨ ਜਿਹੜੇ ਉਹ ਹੁੰਦੇ ਆ, ਉਹ ਜਿਹੜੇ ਉਹਨਾਂ ਦੀ ਜਿਹੜੀ ਨੀਅਤ ਜਿਨ੍ਹਾਂ ਦੀ ਸਾਫ਼ ਹੋਵੇ, ਉਹ ਚੰਗੇ ਆ, ਚੰਗੀਆਂ ਪਾਰਟੀਆਂ। ਮੈਂ ਕਾਂਗਰਸ ਦਾ ਵੀ ਮੇਰਾ ਕਿਉਂਕਿ ਬੇਟਾ ਪਹਿਲਾਂ ਹੀ ਆਲਰੇਡੀ ਕਾਂਗਰਸ 'ਚ ਹੈ, ਅਤੇ ਮੈਂ ਹੁਣ ਬੇਟੇ ਦੇ ਕਹਿ 'ਤੇ ਵੀ ਅਸਰ ਤਾਂ ਮੈਨੂੰ ਉਹਦਾ ਵੀ ਕਰਨਾ ਪੈਣਾ। ਹੈਪੀ ਸਾਹਿਬ, ਜਿਹੜੀ ਆਪਣੀ ਜੁਆਇਨਿੰਗ ਹੋਏਗੀ ਹੁਣ ਕਿਸੇ ਸ਼ਰਤ ਦੇ ਨਾਲ ਹੋਏਗੀ? ਨਹੀਂ, ਦੇਖੋ ਜਿਹੜੀ ਮੇਰੀ ਜੁਆਇਨਿੰਗ ਹੈ, ਮੈਨੂੰ ਸ਼ਰਤ ਨਾਲ ਕਦੇ ਵੀ ਕੋਈ ਬੰਦਾ ਨਹੀਂ ਜਾਂਦਾ। ਪਰ ਜਿਹੜਾ ਮੈਂ ਪਾਰਲੀਮੈਂਟ ਹਲਕਾ ਫਿਰੋਜ਼ਪੁਰ 'ਚ ਜਿਹੜੀ ਸੇਵਾ ਕੀਤੀ ਹੈ, ਮੇਰੇ ਵੋਟਰ ਮੇਰੇ ਸਪੋਰਟਰ ਜਿਹੜੇ ਆ, ਉਹ ਮੈਨੂੰ ਜੋ ਹੁਕਮ ਕਰਨਗੇ ਉਹਦੇ ਮੁਤਾਬਕ। ਗੱਲ ਬਿਲਕੁਲ ਤੁਹਾਡੀ ਜਾਇਜ਼ ਹੈ, ਸਹੀ ਹੈ, ਇਹ ਗੱਲ ਸਹੀ ਹੈ ਬਿਲਕੁਲ ਤੁਹਾਡੀ, ਕਿ ਮੈਨੂੰ ਉਸ ਵੇਲੇ ਰਿਜ਼ਾਇਨ ਦੇ ਦੇਣਾ ਚਾਹੀਦਾ ਸੀਗਾ। ਮੈਂ ਉਸ ਵੇਲੇ ਵੀ ਰਿਜ਼ਾਇਨ ਦੇਣ ਲਈ ਮੈਂ ਕੁਛ ਮਨ ਬਣਾ ਲਿਆ ਸੀਗਾ। ਸੋ ਜਦੋਂ ਮੈਂ ਆਪਣੇ ਵੋਟਰਾਂ ਸਪੋਰਟਰਾਂ ਨਾਲ ਨਾਤਾ ਜੋੜਿਆ, ਉਹਨਾਂ ਨਾਲ ਮੀਟਿੰਗ ਕੀਤੀ, ਅਤੇ ਉਦੋਂ ਮੈਨੂੰ ਇਹਨਾਂ ਨੇ ਸਾਰਿਆਂ ਨੇ ਰੋਕਤਾ ਵੀ ਤੁਸੀਂ ਜਿਹੜਾ ਅਸਤੀਫਾ ਨਹੀਂ ਦੇਣਾ, ਕਿਉਂਕਿ ਜਦੋਂ ਮੇਰਾ ਪਾਰਲੀਮੈਂਟ ਦਾ ਦੂਜਾ ਇਲੈਕਸ਼ਨ ਹੋਇਆ, ਉਦੋਂ ਮੇਰੇ ਸਪੋਰਟਰਾਂ ਅਤੇ ਵੋਟਰਾਂ ਨੇ ਮੈਨੂੰ ਜਿਤਾਇਆ ਸੀ। ਪਾਰਟੀ ਦੇ ਜਿਹੜੇ ਡਿਪਟੀ ਸੀ ਐਮ ਸਾਹਿਬ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿੰਨੀ ਟੀਮ ਸੀ, ਮੇਰੀ ਪੂਰੀ ਡਟ ਕੇ ਨਾ ਵਿਰੋਧਤਾ। ਪਰ ਉਸ ਟਾਈਮ ਵੀ ਜਿਹੜੇ ਟਿਕਟ ਤਾਂ ਤੁਹਾਨੂੰ ਉਹਨਾਂ ਨੇ ਦਿੱਤੀ ਸੀ, ਜੇ ਸੁਖਬੀਰ ਸਿੰਘ ਬਾਦਲ ਨੇ ਤੁਹਾਡੀ ਵਿਰੋਧਤਾ ਕੀਤੀ, ਪਰ ਟਿਕਟ ਤਾਂ ਉਹਨਾਂ ਦੀ ਕੰਸੈਂਟ ਨਾਲ ਹੀ ਮਿਲੀ ਸੀ ਨਾ? ਉਹਨਾਂ ਦੀ ਉਹਨਾਂ ਨੂੰ ਪੁੱਛ ਲਓ ਕੀ ਮਜਬੂਰੀ ਸੀ, ਉਹਨਾਂ ਮੈਨੂੰ ਕਿਉਂ ਟਿਕਟ ਦਿੱਤੀ। ਮੇਰੀ ਟਿਕਟ ਇੱਕ ਅਨਾਊਂਸ ਕਰਕੇ 10,000 ਆਦਮੀਆਂ ਦੇ ਵਿੱਚ ਕਹਿ ਕੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਆਖਿਆ ਨਹੀਂ, ਇਹਨੇ ਆਪੇ ਅਨਾਊਂਸ ਕਰ ਲਈ। ਉਹਨੂੰ ਕੋਈ ਮਜਬੂਰੀ ਸੀ ਜਿਸ ਕਰਕੇ ਮੈਂ ਉਹਨਾਂ ਨੂੰ ਦੁਬਾਰਾ ਟਿਕਟ ਦਿੱਤੀ। ਫਿਰ ਜਦ ਜਿੱਤਣ ਤੋਂ ਬਾਅਦ ਮੈਂ ਲੋਕਾਂ ਦੀ ਸੇਵਾ ਕਰਨੀ ਸੀ, ਮੈਨੂੰ ਮੇਰੇ ਸਪੋਰਟਰ ਨੇ ਕਿਹਾ ਕਿ ਰਿਜ਼ਾਇਨ ਨਹੀਂ ਦੇਣਾ ਕਿਉਂਕਿ ਅਸੀਂ ਤੁਹਾਨੂੰ ਜਿਤਾਇਆ। ਐਮਪੀ ਸਾਹਿਬ, ਜੇ ਤੁਸੀਂ ਪਹਿਲਾਂ ਅਸਤੀਫਾ ਦਿੰਦੇ ਤਾਂ ਕੀ ਨੁਕਸਾਨ ਹੋਣਾ ਸੀ ਤੁਹਾਡਾ? ਮੇਰੀ ਮੈਂਬਰਸ਼ਿਪ ਜਿਹੜੀ ਸੀ ਉਹ ਪਾਰਲੀਮੈਂਟ ਮੈਂਬਰ ਤੋਂ ਮੈਂ ਚਲੇ ਜਾਣਾ ਸੀਗਾ, ਅਤੇ ਮੈਂ ਫਿਰ ਲੋਕਾਂ ਦੀ ਸੇਵਾ ਨਹੀਂ ਸੀ ਕਰ ਸਕਦਾ। ਮੋਗਾ ਦੇ ਵਿੱਚ ਜਿਹੜੀ ਰੈਲੀ ਹੋ ਰਹੀ ਹੈ, 7 ਨੂੰ ਰਾਹੁਲ ਗਾਂਧੀ ਜਾ ਰਹੇ ਨੇ, ਤੁਸੀਂ ਉੱਥੇ ਜੁਆਇਨ ਕਰ ਰਹੇ ਹੋ? ਦੇਖੋ, ਮੈਂ ਅੱਜ ਰਿਜ਼ਾਇਨ ਕੀਤਾ ਜੀ, ਮੈਨੂੰ ਜੁਆਇਨ ਹੀ ਕਰਾਉਣਗੇ ਤਾਂ ਮੈਂ ਕਿਉਂ ਨਹੀਂ ਜਾਊਂਗਾ ਜੀ, ਜ਼ਰੂਰ ਜਾਊਂਗਾ।